ਹਾਂਜੀ ਕਿੱਦਾਂ ਸਾਰੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਸਾਰਿਆਂ ਪਾਸੇ ਵੀ ਵੀਡੀਓ ਪਚਾਇਓ ਤੁਹਾਨੂੰ ਦਿਖਾਉਣੇ ਆਇ ਕਰਤੂਤਾ ਮਿੱਤਰਾ ਤੂੰ ਜੇਤੀ ਟਾਈਮ ਭੁੱਲ ਗਿਆ ਆ ਸਮਾਂ ਇੱਕੋ ਜਿਆ ਨਹੀਂ ਰਹਿੰਦਾ ਭੁੱਲ ਗਿਆ ਉਹ ਦਿਨ ਜਦੋਂ ਖੈਰੇ ਨਾਲ ਮਿਲ ਕੇ ਬਹਿੰਦਾ ਸੀ ਤੇ ਹੁਣ ਦੇਖ ਲਓ ਬਾਈ ਜੀ ਤੁਸੀਂ ਸਾਰਿਆਂ ਨੇ ਦੱਸਣਾ ਤੁਸੀਂ ਆਮ ਸਰਕਾਰ ਤੋਂ ਖੋਚਿਆ ਜੈਸੀ ਆ ਨੋ ਦੱਸਿਓ ਬਾਈ ਜੀ ਇਹਨਾਂ ਦੇ ਮੰਤਰੀ ਸਾਡੀਆਂ ਵੀਡੀਓ ਦੇਖਦੇ ਆ ਸਾਰਾ ਇਹਨਾਂ ਨੂੰ ਪਤਾ ਹੋ ਜਾਣਾ ਤੁਸੀਂ ਸਾਰਿਆਂ ਨੇ ਦੱਸਣਾ ਤੁਸੀਂ ਆਮ ਸਰਕਾਰ ਤੋਂ ਖੁਸ਼ ਆ ਜੱਸਿਆ ਨੂੰ ਮੇਰੇ ਵੱਲੋਂ ਤਾਂ ਨੋਈ ਆ ਭਰਾਵੋ ਦੇਖਦੇ ਆ ਤੁਸੀਂ ਕੀ ਕਹਿੰਦੇ ਆ ਤੁਹਾਨੂੰ ਸਭ ਨੂੰ ਪਤਾ ਖੈਰੇ ਭਾਈ ਨੂੰ ਚੱਕ ਲਿਆ ਕਿਉਂ ਚੱਕਿਆ ਪੁਰਾਣਾ ਕੇਸ

ਬਾਬੇ ਨੂੰ ਪਤਾ ਆ ਤੁਹਾਡਾ ਸੋ ਸਾਰਿਆਂ ਨੂੰ ਪਤਾ ਬਾਈ ਖੈਰਿਆਂ ਨੂੰ ਚੱਕਿਆ ਕਿਉਂ ਚੱਕਿਆ ਉਹੀ ਅਖੇ ਜੀ ਨਸ਼ੇ ਦਾ ਕੇਸ ਆ ਪੁਰਾਣਾ ਪਰ ਅਸਲ ਗੱਲ ਇਹ ਆ ਬਾਈ ਨੇ ਦੱਸਿਆ ਸਾਰਾ ਕੁਝ ਜਿਹੜਾ ਆਮ ਪਾਰਟੀ ਵਾਲਿਆਂ ਦਾ ਵਿਆਹ ਹੋਇਆ ਕਿੰਨੇ ਕਰੋੜਾਂ ਕਰੋੜਾਂ ਦੀਆਂ ਜਿਹੜੀਆਂ ਪਾਈਆਂ ਅੰਗੂਠੀਆਂ ਉਹ ਤੁਹਾਨੂੰ ਦਿਖਾਉਣੇ ਆ ਉਹ ਬਾਈ ਜੀ ਸਾਰੇ ਪੰਜਾਬੀਆਂ ਦੇ ਫੋਨ 'ਚ ਪਹਚਾਇਓ ਚੱਕਣ ਦਾ ਕਾਰਨ ਦੱਸਦਾ ਤੁਹਾਨੂੰ ਆ ਦੇਖ ਲਓ ਭਰਾਵੋ ਸ਼ਰਿਆਮ ਧੱਕੇਸ਼ਾਈ ਬੈਠੇ ਨੂੰ ਹੈ ਕੋਈ ਉਹ ਨਹੀਂ ਕੋਈ ਉਹ ਨਹੀਂ ਚਲੋ ਜੀ ਸ਼ਾਮ ਨੂੰ ਘਰੋਂ ਚੱਕ ਲਿਆ ਦੇਖੋ ਜੀ ਘਰੋਂ ਬੈਠੇ ਇਨਸਾਨ ਨੂੰ ਹੈ ਹਾਜ਼ਿਲ ਕਾਦੀ ਪੁਲਿਸ ਕਿੱਥੋਂ ਗਈ ਹੈ ਦੇਖ ਲਓ ਅਖੇ ਜੀ ਆ ਜੀ ਆਇਆ ਜੀ ਨਸ਼ੇ ਦਾ ਕੇਸ ਆ ਇਦਾਂ ਆ ਜੀ ਉਦਾਂ ਆ ਸੋ ਦੇਖ ਲਓ ਭਰਾਵੋ ਸ਼ਰਿਆਂ ਵਿੱਚ ਧੱਕੇਸ਼ਾਈ ਕਰਦੇ ਆ ਸੋ ਬਾਈ ਖੈਰਾ ਜੀ ਦੇ ਆਪਣੇ ਤੁਸੀਂ ਦੇਖ ਸਕਦੇ ਇਹਨਾਂ ਦੇ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਪਾਈਓ ਆ ਵੀਡੀਓ ਜਦੋਂ ਇਹਨਾਂ ਨੂੰ ਪੁਲਿਸ ਚੱਕਣ ਆਉਂਦੀ ਆ ਬਾਈ ਜੀ ਆਪਾਂ ਚਲੋ ਠੀਕ ਆ ਮੰਨ ਲਓ ਮੈਂ ਭਾਈ ਸੁਖਪਾਲ ਸਿੰਘ ਖੈਰੇ ਖਿਲਾਫ ਵੀ ਵੀਡੀਓ ਪਾਈ ਹੋ ਸਕਦੀ ਆ ਪਰ ਆਪਾਂ ਧੱਕੇਸ਼ਾਹੀ ਦੇ ਖਿਲਾਫ ਹਮੇਸ਼ਾ ਹੀ ਵੀਡੀਓ ਪਾਉਣੇ ਆ ਆਪਾਂ ਕਿਸੇ ਦੀ ਭੇਡ ਨਹੀਂ ਕਿਸੇ ਦੇ ਚੇਲੇ ਨਹੀਂ ਕਿਸੇ ਲਈ ਆਪਾਂ ਨਹੀਂ ਕਰੀ ਦੀ ਸੋ ਜਿਹੜੀ ਧੱਕੇਸ਼ਾਹੀ ਆ ਉਹ ਧੱਕੇਸ਼ਾਹੀ ਆ ਹੁਣ ਕਈ ਵੀਰ ਭਰਾ ਆਮ 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 ਨਾਲ ਜੁੜਿਓ ਆਪਣੇ ਜਿਹੜੀਆਂ ਵੀਡੀਓ ਦੇਖਦੇ ਆ ਪਰ ਤੁਹਾਨੂੰ ਇਹ ਮੰਨਣਾ ਪੈਣਾ ਮਿੱਤਰੋ ਇਹ ਧੱਕਾ ਆ ਜੋ ਵੀ ਆ ਸੋ ਤੁਸੀਂ ਮੰਨਣਾ ਨਹੀਂ ਕਿਉਂਕਿ ਤੁਸੀਂ ਤਾਂ ਆਮ ਪਾਰਟੀ ਨਾਲ ਜੁੜਿਓ ਆ ਤੁਸੀਂ ਕਹਣਾ ਨਹੀਂ ਜੀ ਇਹ ਤਾਂ ਇਦਾਂ ਹੋਣਾ ਹੀ ਸੀ ਇਹਦਾ ਤੁਹਾਡਾ ਕੋਈ ਕਸੂਰ ਨਹੀਂ ਇਹ ਤੁਹਾਡੀ ਵਿਚਾਰਤਾਰਾ ਮਾਨਸਿਕਤਾ ਇਦਾਂ ਦੀ ਹੋ ਗਈ ਆ ਪਰ ਹੁਣ ਲੋਕਾਂ ਨੇ ਦੱਸੇ ਹੀ ਦੇਣਾ ਸਾਰੇ ਲਿਖਿਓ ਤੁਸੀਂ ਖੁਸ਼ ਆਮ ਪਾਰਟੀ ਤੋਂ ਜੱਸਿਆ ਨੋ ਸਾਡੇ ਲੋ ਨੋ ਆ ਸੋ ਮੰਤਰੀ ਇਹਨਾਂ ਦੇ ਆ ਦੇਖ ਰਿਆ ਮੇਰੀਆਂ ਵੀਡੀਓ ਦੇਖਦੇ ਹੁੰਦੇ ਆ ਸੋ ਚੱਕਿਆ ਕਾ ਤੇ ਸੁਖਪਾਲ ਸਿੰਘ ਖਹਿਰੇ ਨੂੰ ਅਸਲ ਕਾਰਨ ਤੁਹਾਨੂੰ ਦੱਸਦੇ ਆ ਇਹਨਾਂ ਨੇ ਬਖਸ਼ੀਆ ਜਿਹੜਾ ਵਿਆਹ ਹੋਇਆ ਆਮ ਪਾਰਟੀ ਵਾਲੇ ਦਾ ਉਹਦੇ ਤੇ ਪੋਸਟਾਂ ਪਾਤੀਆਂ ਕਸੂਰ ਇਹਨਾਂ ਹੀ ਆ ਸਾਰਾ ਕੁਝ ਦੱਸਤਾ ਵੀ ਕਿੰਨੇ ਕਰੋੜਾ ਕਰੋੜਾ ਰੁਪਈਆ ਇਹ ਦੀਆਂ ਕਿਹੜੀਆਂ ਪਾਈਆਂ ਪ੍ਰਨੀਤੀ ਚੋਪੜੇ ਨੇ ਆ ਜੀ ਬਾਈ ਜੀ ਆ ਜਿਹੜੀ ਵੈਸੇ ਤਾਂ ਇਹ ਹੋਰ ਹੀ ਹੀਰੋਵਨ ਨੇ ਪਾਈਓ ਆ ਇਹ ਵਾਲੀ ਇਹ ਬਾਈ ਜੀ ਜਿਹੜੀ ਪ੍ਰਨੀਤੀ ਚੋਪੜਾ ਨੇ ਪਾਈ ਆ ਉਹ ਆਮ ਬੰਦਾ ਉਹ ਨੂੰ ਖਰੀਦਣਾ ਤਾਂ ਕੀ ਉਹਦੇ ਬਾਰੇ ਸੋਚ ਵੀ ਨਹੀਂ ਸਕਦਾ ਹੈਰੀ ਬਿੰਸਟਨ ਕੰਪਨੀ ਆ ਗੋਰਿਆਂ ਦੀ ਕਈ ਸੌ ਸਾਲ ਪੁਰਾਣੀ ਉਦੀઓને ਪਾਈ ਆ 42 ਰਿੰਗ ਬਾਈ ਜੀ ਜੀਰੂਆਂ ਮੁੱਕ ਜਾਂਦੀਆਂ ਕਰੋੜਾਂ ਦੇ ਪਿੱਛੇ ਇੰਨੀ ਮਹਿੰਗੀ ਆ ਕਿੱਥੋਂ ਆ ਗਏ ਇਹਨਾਂ ਕੋਲ ਇੰਨੇ ਪੈਸੇ ਆਮ ਲੋਕਾਂ ਦਾ ਹੀ ਪੈਸਾ ਆ ਹੋਰ ਕਿਹਦਾ ਪੈਸਾ ਸੁਖਪਾਲ ਸਿੰਘ ਖੈਰੇ ਦਾ ਇਹੀ ਕਸੂਰ ਆ ਵੀ ਵਿਆਹ ਤੇ ਕਿੰਨਾ ਖਰਚਾ ਹੋਇਆ ਸਾਰਾ ਕੁਝ ਘਪਲੇ ਬਾਜੀ ਹੋਈ ਲੋਕਾਂ ਦੇ ਪੈਸੇ ਨੂੰ ਲੁੱਟਿਆ ਤੇ ਉਹੀ ਆ ਬਾਈ ਜੀ ਉੱਥੇ ਬਹਿ ਕੇ ਤੁਸੀਂ ਸੱਚ ਬੋਲ ਨਹੀਂ ਸਕਦੇ ਚੱਕ ਲਓ ਪੁਲਿਸ ਪਾ ਦਿਓ ਕੇਸ ਪੁਰਾਣਾ ਇਹਦਾ ਨਵੀਂ ਗੱਲ ਥੋੜੋ ਤਾਂ ਬੱਚੇ-ਬੱਚੇ ਨੂੰ ਵੀ ਪਤਾ ਜਿਹੜਾ ਸਰਕਾਰ ਵਿਰੁੱਧ ਕੁਝ ਬੋਲੂ ਤੇ ਪਾ ਦਿਓ ਜੀ ਕੇਸ ਨਸ਼ੇ ਦਾ ਪਾ ਦਿਓ ਚੱਕ ਹੈ ਹੈ ਕੋਈ ਆਇਆ ਜੀ ਹੈਰੀ ਮਿੰਸਟਨ ਕੰਪਨੀ ਦੀ ਜਿਹੜੀ ਪ੍ਰਨੀਤੀ ਚੋਪੜਾ ਨੇ ਪਾਈਓ ਸੀ ਇੰਨੀ ਮਹਿੰਗੀ ਸਹੀ ਆ ਇਹ ਕਸੂਰ ਸੀ ਸੁਖਪਾਲ ਸਿੰਘ ਖਹਿਰੇ ਦਾ ਠੀਕ ਹੈ ਨਾ ਸੋ ਸਾਰੇ ਸ਼ੇਅਰ ਜ਼ਰੂਰ ਕਰੀ ਚਲਿਓ ਬਹੁਤੇ ਲੋਕਾਂ ਨੂੰ ਪਤਾ ਨਹੀਂ ਪਈ ਉਹ ਜਿਹੜੀ ਰਿੰਗ ਪਾਈ ਪ੍ਰਨੀਤੀ ਚੋਪੜਾ ਨੇ ਕਿਹੜੀ ਕੰਪਨੀ ਦੀ ਕਿੰਨੇ ਦੀ ਆ ਹੈਰੀ ਮਿੰਸਟਨ ਸਰਚ ਕਰ ਲਿਓ ਹੈਰੀ ਮਿੰਸਟਰ ਰਿੰਗ ਸਾਰੇ ਸਰਚ ਕਰਿਓ ਤੇ ਦੇਖਿਓ ਕਿੰਨੀਆਂ-ਕਿੰਨੀਆਂ ਮਹਿੰਗੀਆਂ ਆਉਂਦੀਆਂ ਹੈ ਤੇ ਦੇਖ ਲਓ ਭਰਾਵੋ ਹੈ ਤੇ ਆ ਲਓ ਆ ਹਾਲ ਆ ਬਾਈ ਜੀ ਆ ਦੇਖੋ ਆ ਲਓ ਆ ਕੀ ਆ ਓ ਭਰਾਵੋ ਉਹ ਪੁਲਿਸ ਹੈ ਨਸ਼ਾ ਤੁਸੀਂ ਸਵਾਰ ਰੁਕਣਾ ਸੱਤ ਜੁੱਲਿਆਂ ਦੀ ਹੈ ਜੀਪਾ ਤੇ ਚੜਾਗੇ ਤਾਂ ਤੁਸੀਂ ਨਿਚਾਰਾਂ ਦੇ ਠਮਕੇ ਲਵਾਉਣੇ ਆ ਚਲੋ ਸ਼ਾਇਦ ਮੈਨ ਲੱਗਦਾ ਸਸਪੈਂਡ ਕਰਤਾ ਜੀ ਨੇ ਇਹਨੂੰ ਐਸਐਚਓ ਜੋ ਵੀ ਹੋਇਆ ਜੀ ਨੇ ਵੀ ਇਹ ਕੁੜੀ ਨੂੰ ਕਿਹਾ ਸੀ ਇੱਕ ਤਾਂ ਯਾਰ ਫੀਲਿੰਗਾਂ ਕਾਫੀ ਚੱਕਦੇ ਆਪਣੇ ਹਨਾ ਸੋਸ਼ਲ ਮੀਡੀਆ ਵਾਲੇ ਸਪੈਸ਼ਲੀ ਕੁੜੀਆਂ 5000 ਫੋਲੋਅਰ ਹੋ ਜਾਣ ਤੇ ਫੀਲਿੰਗ ਲੈ ਜਾਂਦੀਆਂ ਆishwariya rae ਵਾਲੀਆਂ ਭਈ ਆਪਾਂ ਤਾਂ ਸੁਸ਼ਮਤਾ ਸੇਣੀ ਆਪਾਂ ਤਾਂ ਮਿਸ ਯੂਨੀਵਰਸਿਟੀ ਹੋ ਗਈਆਂ ਲਓ ਇਹਨਾਂ ਦਾ ਐਟੀਟਿਊਡ ਦੇਖਣ ਵਾਲਾ ਹੁੰਦਾ ਜਿਹੜੀਆਂ ਸੋਸ਼ਲ ਮੀਡੀਆ ਤੇ ਠੁਮਕੇ ਲਾਉਂਦੀਆਂ ਉਹ ਕਹਦੇ ਠੁਮਕੇ ਰਾਜੇ ਮਹਾਰਾਜੇ ਪਹਿਲਾਂ ਪੈਸੇ ਦਿੰਦੇ ਸੀ ਹੀਰੇ ਜਵਾਹਰਾ ਦਿੰਦੇ ਸੀ ਤੁਸੀਂ ਮੁਫਤ ਚ ਠੁਮਕੇ ਲਾਉਂਦੀਆਂ ਲੋਕਾਂ ਦੇ ਫੋਨਾਂ 'ਚ ਆਉਂਦੀਆਂ ਤੁਸੀਂ ਤਾਂ ਮਰੰਜਣ ਵਾਲੀਆਂ ਹੁਣ ਮੈਂ ਕੀ ਕਹਾਂ ਤੁਹਾਨੂੰ ਸਮਝਦੇ ਨਾ ਆ ਕਿਸੇ ਪੁਲਿਸ ਵਾਲੇ ਦੀ ਗੱਡੀ ਤੇ ਚੜਕੇ ਲਾਉਣ ਲਈ ਸੀ ਠੁਮਕੇ ਹੈਂ ਗੱਲ ਰੀਲ ਵਾਇਰਲ ਹੋ ਗਈ ਉਹ ਨਹੀਂ ਸਸਪੈਂਡ ਕਰਤਾ ਪੁਲਿਸ ਵਾਲਾ ਹੁਣ ਖਾ ਰੋਟੀਆਂ ਘਰੇ ਯਾਰ ਨਾਲ ਅੰਬ ਦੇਣਾ ਆਪਣੀ ਘਰ ਵਾਲੀ ਦੀਆਂ ਸਹੀ ਹੈ ਨਾ ਚੰਗੀ ਭਲੀ ਸਰਕਾਰੀ ਨੌਕਰੀ ਚਲੋ ਬਾਅਦ ਚ ਰੱਖ ਲੂਗੀ ਜਾਂ ਜੋ ਵੀ ਆ ਪਰ ਮਾੜੀ ਗੱਲ ਐ ਇਦਾਂ ਦੇ ਨਚਾਰਾਂ ਨੂੰ ਯਾਰ ਪੁਲਿਸ ਹੀ ਸੇ ਕੰਮ ਲਈ ਆ ਸਾਲਾ ਪਿੰਡ ਪਿੰਡ ਤੇ ਨਸ਼ਾ ਵੇਚਦਾ ਐ ਇਸੇ ਕੰਮ ਲਈ ਤੁਸੀਂ ਇਹ ਜਿਪਸੀਆਂ ਰੱਖੀਆਂ ਪਿੰਚਾਰਾਂ ਨੂੰ ਤੁਸੀਂ ਚੜਾਓ ਕਾਠੀਆਂ ਤੇ ਤੇ ਠੁਮਕੇ ਲਵਾਓ ਹੈ ਯਾਰ ਹਾ ਦਿਆਈ ਯਾਰ ਤੁਹਾਡੀ ਹੈ ਜਿਨ੍ਹਾਂ ਨੂੰ ਚੱਕਣਾ ਉਹਨਾਂ ਨੂੰ ਚੱਕਦੇ ਨਹੀਂ ਪਿੰਡ ਪਿੰਡ ਨਸ਼ੇ ਵੇਖਦੇ ਸੁਖਵਾਲ ਸਿੰਘ ਖੈਰਾਂ ਨੂੰ ਤੁਸੀਂ ਚੱਕ ਕੇ ਲੈ ਗਏ ਆ ਦੇਖ ਲਓ ਆ ਕੋਈ ਫਿਲਮ ਦਾ ਸੀਨ ਨਹੀਂ ਇਹ ਕੋਈ ਨਚਾ ਰਿਹਾ ਇੰਸਟਾਗ੍ਰam ਤੇ ਰੀਲਾਂ ਵਾਲੀ ਮੈਂ ਤਾਂ ਪਤਾ ਨਹੀਂ ਤੇ ਇਹਦੇ ਇਸ਼ਾਰੇ ਭਰਾਵੋ ਗੰਦੇ ਗੰਦੇ ਇਸ਼ਾਰੇ ਕਰਦੀ ਆ ਹੈਂ ਦੇਖ ਲਓ ਭਰਾਵੋ ਆ ਦੇਖ ਲਓ ਹੈਂ ਚਮਲਾਈਓ ਆ ਪੁਲਿਸ ਦੀ ਗੱਡੀ ਤੇ ਬਹਿ ਕੇ ਹੈ ਇਹ ਕੋਈ ਫਿਲਮ ਦਾ ਸੀਨ ਨਹੀਂ ਗਾ ਅਸਲੀ ਪੁਲਿਸ ਆ ਅਸਲੀ ਗੱਡੀ ਸਾਰਾ ਹੀ ਕੁਝ ਆ ਪੀਵੀ08 ਦੇਖ ਲਿਓ ਕਿੱਥੇ ਦਾ ਆ ਕਿੱਥੇ ਦਾ ਆ ਬਾਈ ਆਈ ਥਿੰਕ ਸਾਡੇ ਏਰੀਏ ਦਾ ਹੀ ਆ ਦੇਖ ਲਓ ਹੈ ਦੱਸ ਔਖਾ ਯਾਰੀ ਜਨਤਾ ਦਾ ਭਾਖੇ ਜੀ ਪੁਲਿਸ ਸਰ ਪਈ ਤੁਹਾਡੀ ਸੇਵਾ ਚ ਹਾਜ਼ਰ ਪੰਜਾਬ ਪੁਲਿਸ ਆ ਸੇਵਾ ਆ ਹੈ ਨਚਾਰਾਂ ਨੂੰ ਨਚਾਉਂਦੇ ਆਪਣੀਆਂ ਜਿਪਸੀਆਂ ਤੇ ਚੜਾ ਕੇ ਬੱਲੇ ਉਹ ਤੁਹਾਡੇ ਲੋਕੋ ਆ ਲਓ ਗਾਂ ਚੱਲਦੇ ਆ ਤੇ ਬਾਈ ਜੀ ਹੋਰ ਕੀ ਹੋ ਰਿਹਾ ਦੁਨੀਆਦਾਰੀ ਜੀ ਤੁਹਾਨੂੰ ਮੈਂ ਫੋਟੋਆਂ ਦਿਖਾਉਣਾ ਪਈ ਆਪਾਂ ਕਾਤੇ ਕਰਦੇ ਹਾਇ ਕੈਨੇਡਾ ਹਾਇ ਅਮਰੀਕਾ ਹਾਇ ਬਲੈਟ ਪਈ ਆਪਾਂ ਨਿਕਲ ਜੇ ਇੰਡੀਆ ਚ ਕਾਤੇ ਕਰਦੇ ਆਪਾਂ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਆ ਠੀਕ ਆ ਨਾ ਆਜੋ ਤੁਹਾਨੂੰ ਮੈਂ ਫੋਟੋਆਂ ਦਿਖਾਉਣਾ ਹੋਇਆ ਕੀ ਬਾਈ ਜੀ ਆਪਣੇ ਸਾਰਿਆਂ ਨੇ ਦੇਖ ਹੀ ਲਈ ਹੋਣੀ ਆ ਆਪਣੀ 12 ਸਾਲ ਦੀ ਕੁੜੀ ਦਾ ਮੱਧ ਪ੍ਰਦੇਸ਼ ਚ ਰੇਪ ਹੋਇਆ ਠੀਕ ਆ ਜੀ ਉਹਦਾ ਬੇਲ ਹੀ ਹੁੰਦਾ ਆ ਇੰਡੀਆ ਚ 2 3 4 500 ਕੁੜੀਆਂ ਦਾ ਦਿੱਲੀ ਹਾਂਜੀ ਵੱਡੀ ਉਮਰ 20 ਪਲੱਸ ਦਾ ਵੱਖਰੀ ਗੱਲ ਆ 20 ਤੋਂ ਹੇਠਾਂ ਵਾਲਿਆਂ ਦਾ ਵੀ ਦਿੱਲੀ 5 700 ਇਹ ਇੰਡੀਆ 'ਚ ਕੋਈ ਨਵੀਂ ਗੱਲ ਨਹੀਂ ਪਰ ਇਹ ਕਾਫੀ ਵਾਇਰਲ ਹੋਈ ਹੈ ਮੱਧ ਪ੍ਰਦੇਸ਼ ਦੀ ਕੁੜੀ ਹਨਾ ਸੋ ਹੋਇਆ ਕੀ ਹੈ ਦੇਖ ਸਕਦੇ ਜਿਹਦੀਆਂ ਫੋਟੋਆਂ ਚਲੋ ਥੱਲੋਂ ਤਾਂ ਵੈਸੇ ਉਹਨਾਂ ਨੇ ਉਹ ਕੀਤਾ ਆ ਪਰ ਮੈਂ ਥੱਲੋਂ ਵੀ ਨਹੀਂ ਹਨਾ ਦਿਖਾਉਣਾ ਵਿਚਾਰੀ ਰੇਪ ਹੋਇਆ 2-3 ਘੰਟੇ ਸੜਕਾਂ ਤੇ ਰੁਲਦੀ ਰਹੀ ਕੱਪੜਿਆਂ ਲਈ ਕੱਪੜੇ ਹੈ ਨਹੀਂ ਸੀ ਦੇ ਕੋਲ ਲੋਕ ਸਾਲੇ ਮੇਰੇ ਘਰਾਂ ਚੋਂ ਨਿਕਲ ਨਿਕਲੇ ਨੂੰ ਦੇਖ ਰਹੇ ਸੀਗੇ ਦੋ ਤਿੰਨ ਘੰਟੇ ਮੱਧ ਪ੍ਰਦੇਸ਼ ਦੀਆਂ ਸੜਕਾਂ ਤੇ ਉਜੈਨ ਸ਼ਹਿਰ ਦੀ ਆਈ ਥਿੰਕ ਉੱਥੇ ਰੁਲਦੀ ਰਹੀ ਦੇਖੋ ਲੋਕ ਕਿਦਾਂ ਬਾਹਰ ਇਹਨੂੰ ਘਰਾਂ ਤੋਂ ਨਿਕਲ ਨਿਕਲ ਵੇਖਦੇ ਰਹੇ ਉਹ ਦੇਖ ਲਓ ਵਿਚਾਰੀ ханਜੀ ਉਹਦੇ ਕੱਪੜੇ ਦੇਖ ਲਓ ਇਹ ਹਾਲ ਆ ਭਰਾਵੋ ਇੰਡੀਆ 'ਚ ਲੋਕਾਂ ਦਾ ਹੈ ਉਦਾਂ ਆਪਾਂ ਕਹਿੰਦੇ ਜੀ ਲక్ష్ਮੀ ਦੇਵੀ ਆ ਜੀ ਔਰਤ ਲక్ష్ਮੀ ਆ ਆ ਅਸਲ 'ਚ ਜਿਹੜੀ ਸਚਾਈ ਇਹ ਆ ਕੈਨ ਨੂੰ ਗੱਲਾਂ ਤਾਂ ਜਿੱਦਾਂ ਮਰਜ਼ੀ ਕਰਾ ਲਓ ਇੰਡੀਆ 'ਚ ਧਰਮ ਸਭ ਤੋਂ ਵੱਧ ਪੂਜਿਆ ਜਾਂਦਾ ਆ ਹਾਂਜੀ ਅਖੇ ਇਦਾਂ ਜੀ ਉਦਾਂ ਤੇ ਆਹ ਹਾਲ ਆ ਤੁਹਾਡੇ ਸਾਹਮਣੇ ਦੋ ਤਿੰਨ ਘੰਟੇ ਵਿਚਾਰੀ ਤੇ ਦੂਜੇ ਪਾਸੇ ਮੈਂ ਦਿਖਾਉਣਾ ਗੋਰਿਆਂ ਦੇ ਕੰਮ ਜਿਹੜੇ ਸਾਡੇ ਵਾਂਗੂ ਪਖੰਡ ਨਹੀਂ ਕਰਦੇ ਉਹ ਉਹ ਬਾਲਾ ਧਰਮ ਧਰਮ ਨਹੀਂ ਕਰਦੇ ਹਾਂਜੀ ਅਖੇ ਇਦਾਂ ਜੀ ਉਦਾਂ ਉਹ ਜੋ ਉਹਨਾਂ ਨੂੰ ਰੱਬ ਨੇ ਕਿਹਾ ਆ ਭਈ ਹਨਾ ਭਈ ਨੇਚਰ ਇਜ਼ ਗੋਡ ਭਈ ਕੁਦਰਤ ਹੀ ਰੱਬ ਆ ਉਹ ਉਹਦੀ ਮੰਨਦੇ ਆ ਇਹ ਬਾਲਾ ਬਖਾਵਾ ਨਹੀਂ ਕਰਦੇ ਆ ਮੈਂ ਤੁਹਾਨੂੰ ਦਿਖਾਉਣਾ ਹੁਣ ਮੰਨ ਲਓ ਸਾਡੇ ਪਿੰਡ ਵੀ ਇਸ ਫਾਇਦੇ ਚੋਤੋਂ ਲਾਗੇ ਪਤਾ ਨਹੀਂ ਕਿਹੜੇ ਲੈ ਜਾਂਦੇ ਸੀ ਸਭ ਨੂੰ ਪਤਾ ਵੀ ਪਿੰਡਾਂ ਚ ਕਿੰਨੀ ਲੋਕਾਂ ਦੀ ਲਾਗ ਡਾਟ ਹੈ ਜੇ ਕਿਸੇ ਦੇ ਦਰਖਤ ਕਿਸੇ ਨੇ ਸਬਜ਼ੀਆਂ ਬੀਜੀਆਂ ਦਰਖਤਸਾਲੇ ਮੇਰੇ ਲਾਈਕ ਹੈ ਨਾ ਉਹ ਕਰ ਜਾਂਦੇ ਆ ਆ ਤੁਹਾਨੂੰ ਮੈਂ ਇੰਗਲੈਂਡ ਦੀਆਂ ਨਿਊਜ਼ ਦਿਖਾਉਣ ਲੱਗਾ ਸਪੈਸ਼ਲੀ ਸਾਰੇ ਪਾਸੇ ਸ਼ੇਅਰ ਕਰੋ ਆਪਣੇ ਪੰਜਾਬੀਆਂ ਦੇ ਦੱਸਿਓ ਪਈ ਇਹ ਕਿਦਾਂ ਹੈ ਨਾ ਤੇ ਸੁਖਦੀਪ ਬਿੰਨਿੰਗ ਭਾਜੀ ਤੇ ਨਰਵੈਰ ਸਿੰਘ ਰੰਗੀਬਾਈ ਦਾ ਧੰਨਵਾਦ ਸਟਾਰ ਭੇਜੇ ਹੋਇਆ ਕੀ ਬਾਈ ਜੀ ਇੱਕ ਦਰਖਤ ਇੱਕ ਦਰਖਤ ਨੂੰ 16 ਸਾਲ ਦਾ ਮੁੰਡਾ ਉਹਨੂੰ ਚੱਕ ਲਿਆ ਆ ਪੁਲਿਸ ਨੇ ਦਰਖਤ ਨੂੰ ਦੇਖ ਲਓ ਕਰ ਗਿਆ ਸੀਗਾ ਤੇ ਸਾਰੀ ਦੁਨੀਆ 'ਚ ਹੋ ਹੱਲਾ ਹੋ ਗਿਆ ਇੱਕ ਦਰਖਤ ਦੇ ਕਰਕੇ ਤੇ ਇੰਡੀਆ 'ਚ ਦੇਖ ਲਓ 12 ਸਾਲ ਦੀ ਕੁੜੀ ਦਾ ਰੇਪ ਹੋਇਆ ਦੋ ਤਿੰਨ ਘੰਟੇ ਸੜਕਾਂ ਤੇ ਘੁੰਮਦੀ ਰਹੀ ਸੋ ਕੀ ਹਾਲ ਹੋਇਆ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਇੰਗਲੈਂਡ 'ਚ ਦਰਖਤ 16 ਸਾਲ ਦਾ ਮੁੰਡਾ ਪੁਲਿਸ ਨੇ ਚੱਕ ਵੀ ਲਿਆ ਆ ਦੇਖੋ ਕਿਦਾਂ ਇਨਵੈਸਟੀਗੇਸ਼ਨ ਕਰਨ ਦਾ ਆ ਇੱਕ ਦਰਖਤ ਦੀ ਦੇਖ ਲਓ ਤੁਸੀਂ ਇੱਥੋਂ ਆਈਡੀਆ ਲੈ ਲਓ ਕਿੱਥੇ ਇੰਡੀਆ ਜਿੱਥੇ ਮਨੁੱਖ ਦੀ ਕਦਰ ਨਹੀਂ ਤੇ ਕਿੱਥੇ ਦੂਜੇ ਪਾਸੇ ਇੰਗਲੈਂਡ ਜਿੱਥੇ ਦਰਖਤ ਦੀ ਆ ਤੁਹਾਨੂੰ ਦਿਖਾਉਣਾ ਬਾਈ ਜੀ ਇਹ ਮਸ਼ਹੂਰ ਬਹੁਤ ਸੀਗਾ ਇਹਦੇ ਬਾਰੇ ਵੀ ਦੋ ਉਹੀ ਗੱਲ ਆ ਬੰਦਾ ਨਿਤ ਸਿੱਖਦਾ ਹੀ ਆ ਹਨਾ ਸੋ ਸੋ ਮੇਰਾ ਵੀ ਹੁੰਦਾ ਜਦੋਂ ਕੋਈ ਨਵੀਂ ਗੱਲ ਸਿੱਖਾਂ ਮੈਨੂੰ ਖੁਸ਼ੀ ਹੁੰਦੀ ਕੌਨਫੀਡੈਂਸ ਵੱਧਦਾ ਹਨਾ ਸੋ ਇਹ ਨਿਤ ਬੰਦਾ ਸਿੱਖਦਾ ਹੀ ਆ ਸੋ ਜਦੋਂ ਮੈਂ ਦੇਖਿਆ ਯਾਰ ਮੈਂ ਕਿਹਾ ਦਰਖਤ ਨੂੰ ਕੋਈ 16 ਸਾਲ ਦਾ ਮੁੰਡਾ ਪੁਲਿਸ ਨੇ ਚੱਕ ਲਿਆ ਆ ਜੇਲ੍ਹ ਚ ਆ ਹੁਣ ਪਿੱਤ ਰਖਤ ਨੂੰ ਫਿਰ ਕੀ ਹੋਇਆ ਲਾਈਕ ਐਡੀ ਵੱਡੀ ਗਲਤ ਹੈ ਨਹੀਂ ਸੀ ਵੀ 16 ਸਾਲ ਦੇ ਨੂੰ ਸਜ਼ਾ ਵੀ ਹੋਣ ਲੱਗੀ ਆ ਫਿਰ ਮੈਂ ਇਹਦੇ ਬਾਰੇ ਪੜਿਆ ਪਈ ਇਹ ਦਰਖਤ ਲੋਕੇਸ਼ਨ ਕਿਹੜੀ ਸੀ ਦੀ ਸੋ ਆ ਦੇਖ ਸਕਦੇ ਦੀ ਲੋਕੇਸ਼ਨ ਆ ਜਿਹੜੀ ਕੰਧ ਜੀ ਆ ਇਨੂੰ ਕਹਿੰਦੇ ਹੈਡਰੀਅਨਸ ਵਾਲ ਇਹ ਜਿੱਤਾਇ ਜਿਹੜਾ ਦਰਖਤ ਆ ਜਾਨੀ ਇੰਗਲੈਂਡ ਚ ਪੂਰੀ ਦੁਨੀਆ ਚ ਸਭ ਤੋਂ ਵੱਧ ਜਿਸ ਦਰਖਤ ਦੀਆਂ ਫੋਟੋਆਂ ਖਿੱਚੀਆਂ ਗਈਆਂ ਹਨ ਉਹ ਚੋਂ ਇੱਕ ਆ ਇੰਗਲੈਂਡ ਦਾ ਸਭ ਤੋਂ ਮਸ਼ਹੂਰ ਜਿੰਨੇ ਵੀ ਵੱਡੇ ਵੱਡੇ ਫਿਲਮੀ ਸਤਾਰੇ ਆ ਇਹਨਾਂ ਦੇ ਹਾਲੀਵੁੱਡ ਵਾਲੇ ਗੋਰਿਆਂ ਦੇ ਸਪੈਸ਼ਲ ਇਹ ਦਰਖਤ ਥੱਲੇ ਆ ਕੇ ਇੰਗੇਜਮੈਂਟ ਕਈ ਜਾਨੀ ਹਾਂਜੀ ਇਹਨਾਂ ਦੀਆਂ ਫਿਲਮਾਂ ਚ ਆਇਆ ਆ ਸੋ ਇਹਦੇ ਬਾਰੇ ਮੈਂ ਦੱਸ ਵੀ ਦੇਣਾ ਹੈਡਰੀਅਨਸ ਵਾਲ ਭਰ ਲਿਓ ਹੈਡਰੀਅਨ ਦੀ ਕੰਦ ਆ ਸੋ ਭਰ ਲਿਓ ਇਹਦੇ ਬਾਰੇ ਤੁਹਾਨੂੰ ਵੀ ਹੁਣ ਉਹੀ ਕਹਿੰਦਾ ਭਾਵਾ ਵੀ ਮੈਨੂੰ ਦਾ ਨਹੀਂ ਸੀ ਦਰਖਤ ਬਾਰੇ ਜਾਂ ਇਹ ਕੰਦ ਬਾਰੇ ਸੋਨੇਤ ਇਨਸਾਨ ਸਿੱਖਦਾ ਹੀ ਆ ਮੈਨੂੰ ਖੁਸ਼ੀ ਹੁੰਦੀ ਜਦੋਂ ਨਵੀਂ ਚੀਜ਼ ਪਤਾ ਹੁੰਦੀ ਹੈ ਨਾ ਸੋ ਆ ਦੇਖ ਲਓ ਕੋਈ 16 ਸਾਲ ਦਾ ਨਿਆਣਾ ਇਹਨੂੰ ਉਹ ਕਰ ਗਿਆ ਤੇ ਆ ਤੁਹਾਡੇ ਸਾਹਮਣੇ ਆ ਸਾਰੇ ਇੰਗਲੈਂਡ ਚ ਹੋ ਹੱਲਾ ਇੱਕ ਦਰਖਤ ਪਿੱਛੇ ਹੋ ਗਿਆ ਹੈਗਾ ਵੀ ਪੁਰਾਣਾ ਸੀਗਾ ਤੇ ਇਹਦੀ ਲੋਕੇਸ਼ਨ ਬਹੁਤ ਮਸ਼ਹੂਰ ਸੀ ਹਾਂਜੀ ਹੋਰ ਇਹਦੀਆਂ ਦੋ ਫੋਟੋਆਂ ਦਿਖਾ ਦਿੰਨਾ ਤੁਸੀਂ ਇੱਥੋਂ ਆਈਡੀਆ ਲਾ ਲਓ ਭਈ ਹਾਂਜੀ ਕੋਈ ਕਿੱਦਾਂ ਇਹ ਗੋਰੇ ਲੋਕ ਕੀ ਕਰਦੇ ਆ ਤੇ ਸਾਡੇ ਵਾਲੇ ਪਾਸੇ ਭਰਾਵੋ ਮਨੁੱਖ ਦੀ ਕੋਈ ਹੋ ਹੋਣੀਗੀ ਆ ਦੇਖ ਲਓ ਹੈ ਸੋ ਬਾਲਾ ਹੀ ਇਹ ਕੇਸ ਹੋ ਸੀ ਜਿਹਨੇ 2 ਦਿਨ ਚ ਹੀ 16 ਸਾਲ ਦਾ ਉਹ ਚੱਕ ਲਿਆ ਤੁਸੀਂ ਦੇਖੋ ਹੈ ਕਿੱਦਾਂ ਸਾਰਾ মিডিਆ ਪੁਲਿਸ ਕਿੰਨੀ ਆ ਇੱਕ ਦਰਾਖਤ ਦੇ ਪਿੱਛੇ ਇਥੋਂ ਆਈਡੀਆ ਲਾ ਸਕਦੇ ਆ ਹਾਂਜੀ ਆ ਦੇਖੋ ਕਿੰਨਾ মিডিਆ ਆ ਪੁਲਿਸ ਆ ਹੈ ਸੋ ਆ ਚਾਰ ਚਾਰ ਪੰਜ ਪੰਜ ਗੱਡੀਆਂ ਪੁਲਿਸ ਦੀਆਂ ਆਈਆਂ ਆ ਉੱਥੇ ਹੈ ਜਿੱਦਾ ਵੀ ਰਾਜਾ ਮਾਰਦਾ ਹੁੰਦਾ ਇੰਗਲੈਂਡ ਦਾ ਆ ਹਿਸਾਬ ਲਾ ਲਓ ਤੁਸੀਂ ਇਧਰਖਤ ਦੇ ਪਿੱਛੇ ਆ ਇੱਕ ਦਰਖਤ ਦੇ ਪਿੱਛੇ ਇਥੋਂ ਆਈਡੀਆ ਤੁਸੀਂ ਲਾ ਸਕਦੇ ਆ ਪੀ ਇਹਨਾਂ ਦੀ ਸੋਚ ਤੇ ਸਾਡੇ ਵਾਲਿਆਂ ਦੀ ਸੋਚ ਕੀ ਹਿਸਾਬ ਕਿਤਾਬ ਆ ਹਾਂਜੀ ਆ ਦੇਖ ਲਓ ਆ ਸੀਗਾ ਸੋ ਇਹਨੂੰ ਜਾਨੀ ਮਿਲੀਅਨਾਂ ਲੋਕ ਇਹਨੂੰ ਦੇਖਣ ਆਉਂਦੇ ਸੀਗੇ ਜੋ ਵੀ ਹਨਾ ਲੱਖਾਂ ਲੋਕ ਸੋ ਇਹ ਕਾਫੀ ਮਸ਼ਹੂਰ ਸੀਗਾ ਲੋਕੇਸ਼ਨ ਜਿਹਦੀ ਆ ਦੇਖ ਸਕਦੇ ਹੈਡਰੀਅਨਸ ਵਾਲ ਭਰ ਲਿਓ ਸਾਰੀਆਂ ਇਹਦੀਆਂ ਫੋਟੋਆਂ ਆਈਦਾ ਪਸ਼ੋਕਰ ਸਾਰਾ ਹੀ ਗੋਰਿਆਂ ਦੀਆਂ ਕਾਫੀ ਫਿਲਮਾਂ 'ਚ ਆਇਆ ਸੀ ਤੇ 16 ਸਾਲ 16 ਸਾਲ ਦਾ ਕੋਈ ਸ਼ਰਾਰਤੀ ਨੇ ਆਣਾ ਮਾਰ ਗਿਆ ਫਿਰ ਆ ਰਾਈ ਜੇ ਤੇ ਹੋਰ ਕੀ ਹੁਣ ਜੇਲ ਹੋ ਜੂਗੀ ਤਿੰਨ ਕਟੋਕੜ ਤਿੰਨ ਤੋਂ 5 ਸਾਲ ਤੱਕ ਦੀ ਉਹਨੂੰ ਸਜ਼ਾ ਹੋ ਸਕਦੀ ਹੈ ਕਾਰਨ ਇੱਕ ਦਰਖਤ ਨੂੰ ਨੇ ਕੀਤਾ ਬਾਈ ਜੀ ਆਈਡੀਆ ਲਾਓ ਦੂਜੇ ਪਾਸੇ ਮੈਂ ਫੋਟੋ ਦਿਖਾਤੀ ਆ ਤੂੰ ਜੇ ਪਾਸੇ ਆਪਣੇ ਵਾਲੇ ਦੇਖ ਲੋ ਹੈ 12 ਸਾਲ ਦੀ ਵਿਚਾਰੀ ਨਾਲ ਰੇਪ ਹੋਇਆ ਤੇ ਵਿਚਾਰੀ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ 3 ਘੰਟੇ ਤੱਕ ਘੁੰਮਦੀ ਰਹੀ ਹਾਂਜੀ ਮੈਂ ਗੱਲ ਕੀ ਫੋਟੋ ਦਿਖਾਉਣਾ ਤੁਹਾਨੂੰ ਇੱਕ ਸੋ ਕਹਿੰਦਾ ਭਾਬਿਆ ਭਾਈ ਦੁਨੀਆ ਪਰੇ ਤੋਂ ਪਰੇ ਆ ਲੋਕ ਖਰੇ ਤੋਂ ਖਰੇ ਆ ਇੱਕ ਕਹਾਵਤ ਹੈ ਸਮੁੰਦਰ ਚ ਮੱਛੀ ਤੋਂ ਵੱਡੀ ਮੱਛੀ ਹੁੰਦੀ ਆ ਹੁਣ ਆ ਆਪਣਾ ਗੋਰਿਆਂ ਦਾ ਆਇਆ ਇੱਕ ਆਈ ਥਿੰਕੀ ਦਾ ਨਾ ਕੈਵਨ ਹਾਰਟ ਆ ਜੋ ਵੀ ਆ ਰੌਕ ਨੂੰ ਤਾਂ ਤੁਸੀਂ ਜਾਣਦੇ ਹੀ ਆ ਸੋ ਇਹ ਦੇਖੋ ਰੌਕ ਮੋਰੇ ਖੜਾ ਕਿਦਾਂ ਦਾ ਹਾਂਜੀ ਨਿਆਣਾ ਜਿਹਾ ਪ੍ਰਤੀਤ ਹੋ ਰਿਹਾ ਆ ਹਾਂਜੀ ਸੁਰਾ ਗਿਆ ਜਿਹੜਾ ਦੂਜੇ ਮੋਰੇ ਆਪਣਾ ਆ ਵੀ ਬਾਸਕਟਬਾਲ ਦਾ ਪਲੇਅਰ ਆਈ ਥਿੰਕ ਸ਼ਾਕ ਆਖਰੇ ਨੀ ਲਿਆ ਜੋ ਵੀ ਦਾ ਨਾ ਇਹਦੇ ਮੋਰੇ ਖੜਾ ਆ ਰੌਕ ਦੇਖੋ ਇਹਦੇ ਮੋਰੇ ਨਿਆਣਾ ਪ੍ਰਤੀਤ ਹੋ ਰਿਹਾ ਫਿਰ ਇਹ ਜਾ ਕੇ ਕਿਸੇ ਹੋਰ ਹੈ ਚੀਨਾ ਚੀਨਾ ਸੀ ਬਾਸਕਟਬਾਲ ਦਾ ਪਲੇਅਰ ਇਹਦੇ ਮੋਰੇ ਜਾਂਦਾ ਤੇ ਇਹ ਕਹਿੰਦਾ ਭਾਵ ਆ ਸੁੰਦਰ ਚ ਮੱਛੀ ਵੱਡੀ ਤੋਂ ਵੱਡੀ ਆ ਹਾਂਜੀ ਸੋ ਇਤੋਂ ਇਹੀ ਆ ਭਾਈ ਦੁਨੀਆ ਪਰੇ ਤੋਂ ਪਰੇ ਆ ਲੋਕ ਖਰੇ ਤੋਂ ਖਰੇ ਕਦੇ ਬਹਿਮ ਨਾ ਕਰੋ ਕਿ ਮੇਰੇ ਤੋਂ ਸੋਹਣਾ ਜਾਂ ਤਕੜਾ ਜਾਂ ਅਮੀਰ ਹੈ ਨਹੀਂ ਕੋਈ ਇਹ ਤਾਂ ਤੁਸੀਂ ਆਈਡੀਆ ਲਾ ਸਕਦੇ ਆ ਭਈ ਗਾਂ ਦੀ ਗਾਂ ਸੱਪ ਵੱਡੇ ਬੈਠੇ ਆ ਆ ਜਿਹੜਾ ਚੀਨਾ ਇਤੋਂ ਵੱਡੇ ਵੀ ਲੋਕ ਹੈਗੇ ਆ ਸੋ ਕਹਿੰਦਾ ਭਾਵੇਂ ਹੀ ਆ ਸੋ ਉਹੀ ਗੱਲ ਆ ਭਗਵੰਤ ਮਾਨਸਿਆ ਸੋ ਸਮਾ ਸਮਰਾਥ ਆ ਇਹ ਨਾ ਕਰ ਪਈ ਹਾਂ ਜੀ ਤੂੰ ਸੱਤਾ ਦੇ ਨਸ਼ੇ 'ਚ ਚੂਰ ਹੋਇਆ ਤੂੰ ਜੀ ਨੂੰ ਮਰਜ਼ੀ ਚੱਕੀ ਜਾਵੇਂ ਬਿਨਾਂ ਗੱਲੋਂ ਇਹ ਮਾੜੀ ਗੱਲ ਆ ਸੋਈ ਦਾ ਖਿਲਾਫ ਆਪਾਂ ਹੈਗੇ ਆ ਬਾਕੀ ਕਮੈਂਟਾਂ 'ਚ ਲੋਕਾਂ ਨੇ ਦੱਸੀ ਜਾਣਾ ਤੇ ਬਾਕੀ ਹੋਰ ਵੀ ਹਾਂਜੀ ਅੱਜ ਆ ਇੱਕ ਬਾਬਾ ਜਾਣੀ ਆਪਾਂ ਸੋਚਦੇ ਆ ਮੈਂ ਵੀ ਮੈਂ ਹੀ ਕਹਿਣਾ ਰਹਿਣਾ ਯਾਰ ਭੀ ਇੰਡੀਆ 'ਚ ਕਾਤੇ ਗਲੀ-ਗਲੀ 'ਚ ਬਾਬੇ ਵੀ ਦੂਜੇ ਦੇਛਾਂ 'ਚ ਕਾਤੇ ਨਹੀਂ ਹੁੰਦੇ ਹਾਂਜੀ ਸੋ ਦੂਜੇ ਦੇਛਾਂ 'ਚ ਵੀ ਹੁੰਦੇ ਸੀ 70 80 90 ਦੇ ਗੇੜ 'ਚ ਉਹਨਾਂ ਨੂੰ ਕਲਟ ਕਹਿੰਦੇ ਸੀਗੇ ਉਹ ਬਾਬੇ ਬਾਲੇ ਖਤਰ ਨਾਕ ਸੀਗੇ ਹਾਂਜੀ ਉਹਨਾਂ ਦਾ ਕਹਿਣਾ ਭਗਤ ਜੋ ਉਹ ਭਗਤਾਂ ਨੂੰ ਜੋ ਕਹਿੰਦੇ ਸੀ ਮੰਨਦੇ ਹੀ ਮੰਨਦੇ ਸੀ ਚਾ ਆ ਅੰਗਲੇ ਆ ਕੈਨੇਡਾ ਚ ਹੋਇਆ ਬਾਬਾ ਹੈ ਦੇਖਣ ਨੂੰ ਤਾਂ ਰਾਮ ਰਹੀ ਨਹੀਂ ਲੱਗਦਾ ਆ ਸੋ ਇਹ ਕੈਨੇਡਾ ਚ ਹੋਇਆ ਅੱਜ ਦੇ ਦਿਨ ਇਹਨੇ ਕੀ ਕੀਤਾ ਸੀਗਾ ਇਹਦੇ ਬਾਰੇ ਵੀ ਦੱਸਾਂਗੇ ਸੋ ਦੇਖ ਸਕਦੇ ਆ ਇਹ ਬਾਬਾ ਕੈਨੇਡਾ ਦਾ ਆਇਆ ਬਹੁਤ ਮਸ਼ਹੂਰ ਹੋਇਆ ਕੈਨੇਡਾ ਚ ਕਲਚ ਲੀਡਰ ਇਹਨਾਂ ਨੂੰ ਕਹਿ ਦਿੰਦੇ ਆ ਇਹ ਕੀ ਕੀਤੇ ਸੀ ਨੇ ਕਿਹੜੇ ਕਾਰਨਾਮੇ ਕੀਤੇ ਸੀ ਇਹਦੇ ਇਹਦੇ ਵੀ ਭਗਤ ਜਿੱਦਾਂ ਰਾਮ ਰਹੀ ਮੰਗੋ ਇਹਦੀ ਵੀ ਪੂਰੀ ਹੈ ਬੱਲੇ ਬੱਲੇ ਸੀ ਦੇਖੋ ਤਾਂ ਬੀਬੀਆਂ ਹੈ ਸੋ ਦੇਖ ਸਕਦੇ ਆ ਤੁਸੀਂ ਹਾਂਜੀ ਸੋ ਮੈਨੂੰ ਸਮਝ ਨਹੀਂ ਲੰਉਂਦੀ ਕਿ ਬਈ ਬਾਬਿਆਂ ਬੀਬੀਆਂ ਕਾਦੇ ਟਰੈਕਟ ਹੁੰਦੀਆਂ ਬਾਬਿਆਂ ਲੈਨਾਂ ਜਿੱਦਾਂ ਮਧੂਰ ਸ਼ਾਇਦ ਨੂੰ ਉਹ ਹੁੰਦਾ ਹੈ ਮੇਰੀ ਸਮਝੋਂ ਬਾਹਰ ਆ ਜਾਓ ਗਾਂ ਚੱਲਦੇ ਆ ਸੋ ਬਾਈ ਜੀ ਦੋ ਫੋਟੋਆਂ ਹੋ ਰਿਹਾ ਤਿੰਨ ਆਹ ਲਓ ਜੀ ਆਹ ਆਹ ਜਿਹੜੀ ਰਾਛਾ ਨਾ ਇਹ ਪਤਾ ਕੀ ਹੋਇਆ ਇਹ ਰਾਛਾ ਦੇਖ ਲਓ ਪੁਲਿਸ ਕਿੰਨੀ ਆ ਰੱਛ ਕਿੰਨਾ ਆ ਇਹ ਹੋਇਆ ਕੀ ਆ ਸਾਰੇ ਦੁਨੀਆ 'ਚ ਇਹ ਗੱਲ ਆਈ ਆ ਹੋਇਆ ਕੀ ਇੱਕ ਅਪਾਹਜ ਇਨਸਾਨ ਮੰਦਿਰ ਚ ਗਿਆ ਉੱਥੇ ਉਹਨੂੰ ਪ੍ਰਸ਼ਾਦ ਖਾ ਲਿਆ ਤੇ ਉਸਨੂੰ ਕੁੱਟ-ਕੁੱਟ ਕੇ ਮਾਰਤਾ ਗਿਆ ਤੁਸੀਂ ਕਹਿੰਦਾ ਝੂਠ ਬੋਲਦਾ ਝੂਠੇ ਨਹੀਂ ਸੱਚੀ ਗੱਲ ਆ ਦੁਨੀਆ ਦੇ ਸਾਰੇ ਮੀਡੀਆ ਚ ਆਈ ਆ ਸੋ ਆ ਸਭ ਨੂੰ ਪਤਾ ਹੀ ਆ ਹਾਂਜੀ ਆਪਣੀ ਆ ਐਕਸ ਹਾਂਜੀ ਸੋ ਸਭ ਨੂੰ ਪਤਾ ਹੀ ਆ ਇੱਥੇ ਪੋਸਟਾਂ ਸਾਰੇ ਪਾਸੇ ਇਹ ਨਿਊਜ਼ ਤੁਸੀਂ ਦੇਖ ਸਕਦੇ ਆ ਉਸ ਇਨਸਾਨ ਦਾ ਕਸੂਰ ਇੰਨਾ ਹੀ ਸੀਗਾ ਪੀਓ ਮੁਸਲਮਾਨ ਸੀਗਾ ਸੋ ਦੇਖ ਸਕਦੇ ਪਾਜ ਸੀ ਉਹਨੂੰ ਕੁੱਟ-ਕੁੱਟ ਕੇ ਲੋਕਾਂ ਨੇ ਮਾਰਤਾ ਵੀ ਤੂੰ ਮੰਦਿਰ ਚ ਪ੍ਰਸ਼ਾਦ ਖਾਦਾ ਤੇ ਖਾਦਾ ਕਰਤੇ ਕਿਉਂਕਿ ਤੂੰ ਮੁਸਲਮਾਨ ਆ ਇੱਚ ਹਿੰਦੂ ਭਾਈਚਾਰੇ ਦਾ ਨਹੀਂ ਕਸੂਰੀ ਇੱਚ ਕਸੂਰ ਆ ਬੀਜੇਪੀ ਦਾ ਇੱਚ ਕਸੂਰ ਆ ਮੀਡੀਆ ਦਾ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਚ ਜ਼ਹਿਰ ਹੀ ਐ ਨਾ ਭਰਤਾ ਦਿਨ ਰਾਤ ਤੇ ਲੋਕ ਵੀ ਹੁਣ ਉਦਾਂ ਦੇ ਹੀ ਹੋਈ ਜਾਂਦੇ ਆ ਸੋ ਸਾਰੇ ਨਹੀਂ ਸਾਰੇ ਇੰਡੀਆ ਦੇ ਲੋਕ ਨਹੀਂ ਹਾਂਜੀ ਸੋ ਪਰ ਲੋਕ ਬਹੁਤੇ ਇਸ ਪੱਖੀ ਉਹਨਾਂ ਦੇ ਦਿਮਾਗਾਂ 'ਚ ਜ਼ਹਿਰ ਭਰਤਾ ਗਿਆ ਇੰਡੀਆ 'ਚ ਪਈ ਉਹ ਜੋ ਵੀ ਹਾਂਜੀ ਪਈ ਉਹਨਾਂ ਨੂੰ ਸਾਰੇ ਹੀ ਮੁਸਲਮਾਨ ਪਈ ਮਾੜੇ ਹੀ ਲੱਗਦੇ ਆ ਆ ਕਾਫੀ ਵਾਇਰਲ ਹੋ ਰਹੀ ਆ ਦੇਖ ਸਕਦੇ ਆ ਪੁਲਿਸ ਆਈ ਉਹ ਆ ਸੋ ਉਹ ਪਈ ਮੁਸਲਮਾਨ ਸੀਗਾ ਪਾਜ ਸੀ ਹਾਂਜੀ ਹੱਥ ਪੈਰ ਨਹੀਂ ਸੀ ਚੱਲਦੇ ਉਹਨੂੰ ਕੁੱਟ-ਕੁੱਟ ਕੇ ਮਾਰਤਾ ਇਹ ਸੱਚੀ ਗੱਲ ਆ ਕੋਈ ਝੂਠੀ ਨਹੀਂ ਸੋ ਆਪਾਂ ਤੁਹਾਨੂੰ ਪਤਾ ਗੱਲ ਐਨ ਸਾਰੀ ਪੁੱਛ ਪੜਤਾਲ ਕਰਕੇ ਹੀ ਤੁਹਾਡੇ ਤੱਕ ਪਹੁੰਚਾਈ ਦੀ ਆ ਵੀ ਕੋਈ ਕਿੰਤੂ ਪ੍ਰੰਤੂ ਨਾ ਕਰ ਦੇਵੇ ਤੇ ਹੋਰ ਵੀ ਸਿੱਗੀਆਂ ਫੋਟੋਆਂ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ ਸੋ ਆਪਾਂ ਸਾਨੂੰ ਇਹ ਕਹਿਣਾ ਚਾਹੁੰਦੇ ਆ ਸੋ ਆਹ ਦੇਖ ਲਓ ਭਰਾਵੋ ਇਦਾਂ ਦੀਆਂ ਕਰਤੂਤਾ ਸੋ ਮੈਨੂੰ ਤਾਂ ਯਾਰ ਮੈਨੂੰ ਆਪਣੇ ਪੰਜਾਬੀ ਲੋਕਾਂ ਨੂੰ ਇੱਕ ਬੇਨਤੀ ਆ ਤੁਸੀਂ ਜਣੇ ਖਣੇ ਨੂੰ ਚਮਲਾਉਣੇਗਾ ਤੇ ਹੁੰਨੇ ਆ ਹਾਂਜੀ ਇੱਕ ਉਹ ਤਵੀਆਂ ਦੀ ਬਿਲਡਿੰਗ ਕਰਦੀ ਉਹ ਬੌਂਸਰ ਲਈ ਘੁੰਮਦੀ ਆ ਜੇ ਕਿਸੇ ਦੇ ਸ਼ਕਲ ਦੇ ਚਾਰ ਟੈਟੂ ਆ ਉਹ ਬੌਂਸਰ ਲਈ ਫੀਲਿੰਗ ਚੱਕੀ ਫਿਰਦਾ ਤੁਸੀਂ ਜਣੇ ਖਣੇ ਨਾਲ ਹੀ ਫੋਟੋਆਂ ਖਿਚਾਉਣ ਤੋਰ ਪੈੰਨੇ ਕੋਈ ਥੋੜਾ ਸਟੈਂਡਰਡ ਰੱਖਿਆ ਕਰੋ ਵੀ ਜੇ ਇਸ ਇਨਸਾਨ ਨੇ ਕੋਈ ਚੰਗਾ ਕੰਮ ਕੀਤਾ ਹਾਂਜੀ ਤੁਸੀਂ ਜਣੇ ਖਣੇ ਨਾਲ ਹੀ ਸੈਲਫੀਆਂ ਉਹ ਬੌਂਸਰ ਰੱਖਦੇ ਕਾਦੇ ਲਈ ਆ ਤੁਹਾਡੇ ਅਰਗੇ ਲਈ ਰੱਖਦੇ ਤੁਸੀਂ ਤੰਗ ਕਰਦੇ ਆ ਉਹਨਾਂ ਨੂੰ ਥੋੜਾ ਸਟੈਂਡਰਡ ਰੱਖਿਆ ਕਰੋ ਇੱਕੋ ਹੀ ਬੇਨਤੀ ਆ ਮੈਂ ਦੇਖਦਾ ਪੰਜਾਬ ਚ ਜਣਾ ਖਾਣਾ ਜਿਹੜੇ ਡਾਂਸਰਾ ਨਚਾਰਾਂ ਠੁਮਕੇ ਲਾਉਂਦੀਆਂ ਉਹ ਵੀ ਬੌਂਸਰ ਲਈ ਫਿਰਦੀਆਂ ਆ ਹੈ ਤੁਸੀਂ ਲੋਕਾਂ ਨੇ ਇੰਨਾ ਡਰਾ ਇਹਨਾਂ ਨੂੰ ਕੀ ਹੈ ਇਹਨਾਂ ਚ ਯਾਰ ਹੁਨਰ ਤੁਸੀਂ ਮੈਨੂੰ ਦੱਸੋ ਹੈ ਸੋ ਬਾਕੀ ਕਮੈਂਟ ਕਰਿਓ ਵੱਧੋ ਵੱਧ ਕੀ ਤੁਸੀਂ ਆਮ ਸਰਕਾਰ ਤੋਂ ਖੁਸ਼ ਆ ਜਾਂ ਨਹੀਂ ਸਾਡੇ ਲੋ ਤਾਂ ਨਾ ਆ ਤੁਸੀਂ ਦੱਸਿਓ ਜੀ ਇਹਨਾਂ ਦੇ ਲੀਡਰ ਆਪਣੀਆਂ ਵੀਡੀਓ ਦੇਖਦੇ ਆ ਉਹਨਾਂ ਨੂੰ ਵੀ ਥੋੜੀ ਸੁਰਤ ਆਵੇ ਬਹਿਮ ਚੋਂ ਥੋੜਾ ਨਿਕਲਣ ਦੇਖਦੇ ਆ ਕਿੰਨੇ ਕ ਕਮੈਂਟ ਹੋ ਗਏ ਆ ਸੋ ਕਮੈਂਟ ਜ਼ਰੂਰ ਕਰਿਓ ਵੱਧੋ ਵੱਧ 170 120 ਸ਼ੇਅਰ ਸ਼ੇਅਰ ਵੱਧੋ ਵੱਧ ਕਰਿਓ ਜੀ ਤੇ ਸਟਾਰ ਭੇਜ ਕੇ ਸਪੋਰਟ ਕਰਿਆ ਕਰੋ ਤੇ ਕਲਿੱਕ ਵੀ ਕਰ ਦਿਆ ਕਰੋ ਸਾਰਿਆਂ ਨੂੰ ਪਤਾ ਆ ਇੱਥੇ ਕਲਿੱਕ ਕਰਕੇ ਕੁੱਤੇ ਐਡ ਆਉਣੀਆਂ ਇੱਕ ਸਿਰੇ ਤੇ ਆਉਣੀਆਂ ਭਰਾਵੋ ਆਪਾਂ ਕਿਸੇ ਦੇ ਚੇਲੇ ਨਹੀਂ ਆਪਾਂ ਕਿਸੇ ਦੀ ਮੈਂ ਨਹੀਂ ਇਹ ਕੁੱਤੇ ਐਡਾਉਣੀ ਸਭ ਨੂੰ ਪਤਾ ਹੀ ਆ ਇੱਕ ਥੱਲੇ ਆਉਣੀ ਆ ਉੱਤੇ ਬਸ ਕਲਿੱਕ ਕਰਨੀ ਆ ਜਦੋਂ ਭਗਵੰਤਮਾਨ ਹੁਣੀ ਚੰਗੇ ਕੰਮ ਕਰਦੇ ਸੀ ਆਪਾਂ ਹੀ ਕਿਹਾ ਸੀ ਇਹਨਾਂ ਨੂੰ ਜਿਤਾਓ ਹਾਂਜੀ ਠੀਕ ਆ ਰੌਲਾ ਪਾਇਆ ਸੀ ਵੱਧੋ ਵੱਧ ਤੇ ਹੁਣ ਜਿਹੜੇ ਮਾੜੇ ਕੰਮ ਆ ਖਿਲਾਫ ਵੀ ਆਪਾਂ ਹੀ ਕਵਾਂਗੇ ਕਿ ਨਹੀਂ ਸੋ ਹੁਣ ਲੋਕਾਂ ਨੇ ਦੱਸੇ ਹੀ ਦੇਣਾ ਕਮੈਂਟ ਜ਼ਰੂਰ ਕਰੋ ਬਦੋਬਦ ਤੁਸੀਂ ਆਮ ਸਰਕਾਰ ਤੋਂ ਖੁਸ਼ ਹਾਂ ਜੈਸ ਜਾਂ ਨੋ ਮੇਰੇ ਵੱਲੋਂ ਵੱਡੀ ਨੋ ਆ ਤੇ ਖੈਰਾਜੀ ਨੂੰ ਧੱਕੇ ਨਾਲ ਚੱਕਿਆ ਗਿਆ ਜੀ ਦਾ ਆਪਾਂ ਖਿਲਾਫਤ ਕਰਦੇ ਆ ਥੈਂਕ ਯੂ ਬਾਈ ਰੰਗੀ ਭਾਜੀ ਦਾ ਤੇ ਸੁਖਦੀਪ ਭਾਜੀ ਦਾ ਸ਼ੁਕਰੀਆ ਇਸ ਭਰਾਵਾਂ ਦਾ ਕਰਿਓ ਸ਼ੇਅਰ ਤੇ ਕਮੈਂਟ ਕੱਲ ਨੂੰ ਦੱਸਾਂਗੇ ਕਿੰਨੇ ਲੋਕ ਕਹਿੰਦੇ ਨੋ ਸਾਡੇ ਵੱਲੋਂ ਨੋ ਆ ਦੇਖਦੇ ਆ ਓਕੇ ਜੀ ਸ਼ੇਅਰ ਵੀ ਕਰਿਓ ਤੇ ਭੇਡਾਂ ਦੀ Ma ma